ਤੁਸੀਂ ਅਪਲਾਈ ਕੀਤਾ ਸੀ ਵੀਜ਼ਾ ਦਸੰਬਰ 31st ਨੂੰ, 6 ਮਹੀਨੇ ਹੋ ਗਏ ਤੇ ਅੱਜ ਜੁਲਾਈ 12 ਹੈ। ਦੇਖੋ ਤੁਹਾਨੂੰ ਮੈਸੇਜ ਆਇਆ ਹੋਏਗਾ, ਵਟਸਐਪ ਤੇ ਮੈਸੇਜ ਚੈੱਕ ਕਰੋ ਆਪਣਾ। ਹਾਂਜੀ ਹਾਂਜੀ, ਕੀ ਲਿਖਿਆ? ਓਰੀਜਨਲ ਪਾਸਪੋਰਟ ਰਿਕੁਐਸਟ। ਅੱਛਾ ਜੀ, ਪਾਸਪੋਰਟ ਰਿਕੁਐਸਟ ਲੈਟਰ ਆ ਗਈ ਹੈ ਜੀ। ਹਾਂਜੀ ਜੀ, ਬਹੁਤ ਟਾਈਮ ਲੱਗ ਗਿਆ ਜੀ। ਜੀ ਟਾਈਮ ਲੱਗ ਗਿਆ, ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਵੀਜ਼ਾ ਤੇ ਮਿਲੇਗਾ। ਹਾਂਜੀ ਤੇ ਤੁਸੀਂ ਅਪਲਾਈ ਕਰਦੇ ਸੀ ਐਜ਼ ਅ ਕੰਸਟਰਕਸ਼ਨ ਇਲੈਕਟ੍ਰੀਸ਼ੀਅਨ, ਕਾਫੀ ਕੁਝ ਮਿਹਨਤ ਕੀਤੀ ਹੈ ਤੇ ਨਾਲ ਬ੍ਰਿਟਿਸ਼ ਕੋਲੰਬੀਆ ਜਾਣਾ ਹੈ ਤੁਸੀਂ ਟ੍ਰੇਡ ਸਰਟੀਫਿਕੇਸ਼ਨ ਐਗਜ਼ਾਮ ਦੇਣ ਲਈ, ਰੈੱਡ ਸੀ ਲਈ। ਸੋ ਕੰਗ੍ਰੈਚੁਲੇਸ਼ਨ, ਤੁਹਾਨੂੰ ਮੈਂ ਕਿਹਾ ਸੀ ਕਿ ਵੀਜ਼ਾ ਆਏਗਾ ਤੇ ਆਪਾਂ ਕੱਲ ਹੀ ਕਰਦੇ ਸੀ, ਆਏ ਨੀ, ਕਦੋਂ ਆਏਗਾ, 2 ਮਹੀਨੇ ਹੋ ਗਏ, 3 ਮਹੀਨੇ ਹੋ ਗਏ। ਮੈਂ ਕੱਲ ਹੀ ਮੈਸੇਜ ਕੀਤਾ ਸੀਗਾ। ਹਾਂਜੀ ਹਾਂਜੀ, ਇਹ ਨੋਰਮਲੀ ਜਿਹੜੇ ਐਪਲੀਕੇਸ਼ਨ ਇੱਥੋਂ ਮਿਡਲ ਈਸਟ ਤੋਂ ਇਜ਼ ਵੈਰੀ ਅਨਪ੍ਰੈਡਿਕਟੇਬਲ, ਇਹ ਨਹੀਂ ਪਤਾ ਲੱਗਦਾ ਕਿ ਕਿੰਨਾ ਟਾਈਮ ਲੱਗਿਆ। ਕਈ ਵਾਰ ਕੁਛ ਐਪਲੀਕੇਸ਼ਨਾਂ ਜਿਹੜੀਆਂ ਅਬੂ ਧਾਬੀ ਵਾਲੇ ਮੈਨੂੰ ਫੋਨ ਕਰਦੇ, ਜਿਹੜੇ ਕਲਾਇੰਟਸ ਹੈ, ਉਹ ਕਹਿੰਦੇ ਜੀ ਉਹਨਾਂ ਦਾ ਇੱਕ ਹਫ਼ਤੇ 'ਚ ਡਿਸੀਜਨ ਹੋ ਗਿਆ। ਕਈ ਤੇ ਕਹਿੰਦੇ ਆ ਕਿ ਵੀ ਮਹੀਨੇ ਲੱਗ ਗਏ, 2 ਮਹੀਨੇ। ਮੈਂ ਕਿਹਾ ਪਤਾ ਨੀ ਮੇਰੀ ਫਾਈਲ ਦਾ ਕੀ ਚੱਕਰ ਲੱਗ ਗਿਆ ਕਿ ਇੰਨਾ ਟਾਈਮ ਹੋ ਗਿਆ, 6 ਮੰਥ ਹੋ ਗਿਆ, ਹਲੇ ਤੱਕ ਕੋਈ ਰਿਸਪੌਂਸ ਨਹੀਂ, ਕੋਈ ਕੁਛ ਨਹੀਂ। ਜੀ 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 ਜੀ, ਤੁਹਾਡੇ ਤੋਂ ਦੇਖੋ ਮੇਰੇ ਖਿਆਲ ਹੈ ਕਿ 6 ਮਹੀਨੇ ਹੋ ਗਏ ਪੂਰੇ। ਆਈ ਰਿਮੈਂਬਰ ਦਿਸ ਵਾਸ ਆਈ ਰੋਟ 6 ਮਹੀਨੇ ਤੋਂ। ਹਾਂਜੀ, ਉੱਪਰ ਹੀ ਚੱਲ ਰਿਹਾ। ਯਾ, ਆਈ ਰੋਟ ਦਿਸ ਲੈਟਰ ਔਨ ਡਿਸੰਬਰ 31st ਕਿ ਤੁਹਾਡੇ ਬਾਰੇ ਕਿ ਵੀ ਤੁਸੀਂ ਕਤਰ ਤੇ ਰਹਿ ਰਹੇ ਹੋ, ਤੁਸੀਂ ਵਧੀਆ, ਤੁਹਾਡੀ ਜੋਬ ਹੈ ਤੇ ਸੈਲਰੀ ਹੈ ਵਗੈਰਾ ਵਗੈਰਾ ਤੇ ਕੈਨੇਡਾ। ਮੈਂ ਤੇ ਸਾਫ ਹੀ ਲਿਖਿਆ ਸੀ ਕਿ ਵੀ ਮਾਈ ਕਲਾਇੰਟ ਵਾਂਟਸ ਵਿਲ ਅਪਲਾਈ ਫੋਰ ਐਕਸਪ੍ਰੈਸ ਐਂਟਰੀ, ਜੇਕਰ ਐਗਜ਼ਾਮੀਨੇਸ਼ਨ ਪਾਸ ਹੋ ਜਾਏਗਾ ਤੇ ਵਾਪਿਸ ਆਕਰ ਤੇ ਐਕਸਪ੍ਰੈਸ ਐਂਟਰੀ ਕੁਆਲੀਫਾਈ ਕਰੇਗਾ। ਇਹ ਸਿੱਧਾ ਲਿਖਿਆ ਐਕਚੁਅਲੀ। ਕਈ ਕੰਸਲਟੈਂਟ ਗੋਲਮੋਲ ਕਰ ਦਿੰਦੇ ਇਹਨਾਂ ਨੂੰ ਕਿ ਵੀ ਨਹੀਂ ਜੀ, ਆਈ ਵਿਲ ਕਮ ਬੈਕ, ਆਈ ਵਿਲ ਕਮ ਇਨ ਸਰਵ ਮਾਈ ਮਦਰ ਲੈਂਡ ਔਰ ਯੇ ਫਲਾਨਾ ਢਮਕਾਨਾ। ਮੈਂ ਤੇ ਸਿੱਧਾ ਹੀ ਉਹਨਾਂ ਨੂੰ ਲਿਖਤਾ ਸੀ ਕਿ ਵੀ ਸਾਡਾ ਇਰਾਦਾ ਹੈ ਕਿ ਵੀ ਅਸੀਂ ਐਗਜ਼ਾਮੀਨੇਸ਼ਨ ਪਾਸ ਕਰਨਾ ਹੈ, ਮਿਹਨਤ ਕਰਨੀ ਹੈ, ਪਾਸ ਕਰਨਾ ਹੈ ਤੇ ਉਹਦੇ ਬਾਅਦ ਫਿਰ। ਹਾਂਜੀ ਹਾਂਜੀ, ਨਹੀਂ ਨਹੀਂ, ਬਹੁਤ ਟਾਈਮ ਤੋਂ ਮਿਹਨਤ ਕਰ ਰਹੇ ਹਾਂ ਜੀ ਐਗਜ਼ਾਮ ਦੀ ਵੀ, ਬਹੁਤ ਟਾਈਮ ਤੋਂ ਹੀ ਜੋ ਵੀ ਆਪਣਾ ਡਾਟਾ ਕਲੈਕਸ਼ਨ, ਜੋ ਵੀ ਉਹਦਾ ਸਟੱਡੀ ਮਟੀਰੀਅਲ ਹੈਗਾ, ਉਹ ਬਹੁਤ ਟਾਈਮ ਤੋਂ ਮੈਂ ਇਕੱਠਾ ਕਰਕੇ ਰੱਖਿਆ ਹੋਇਆ ਤੇ ਉਹਦੀ ਪ੍ਰੈਕਟਿਸ ਕਰ ਰਹੇ ਹਾਂ। ਮੈਨੂੰ ਬਸ ਇਹੀ ਸੀਗਾ ਕਿ ਵੀਜ਼ਾ ਕਦ ਆਊਗਾ ਤੇ ਫਿਰ ਕਦ ਮੈਂ ਪਲੈਨਿੰਗ ਕਰੂੰਗਾ ਜਾਣ ਦੀ। ਓਕੇ ਜੀ ਜੀ ਜੀ, ਬਸ ਚਲੋ ਕੋਈ ਗੱਲ ਨੀ, ਤੁਸੀਂ ਆਪਣਾ ਯੂ ਆਰ ਗੁੱਡ ਟੂ ਗੋ ਤੇ ਵਧੀਆ ਹੋ ਗਿਆ, ਜੋ ਕੁਛ ਹੋ ਗਿਆ, ਜੋ ਵੀ ਵਾਹਿਗੁਰੂ ਨੇ ਕੀਤਾ ਸਭ ਵਧੀਆ। Everything is okay. ਮਾਲਕ ਦੀ ਕਿਰਪਾ ਬਖਸ਼ੀ ਸੀ। ਜੀ 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 ਜੀ, ਤੇ ਚਲੋ ਇਹੀ ਮੈਂ ਕਹਿਣਾ ਸੀ ਤੇ ਬਾਕੀ ਚਲੋ ਤੁਸੀਂ ਆਰਾਮ ਕਰੋ। ਇੱਥੇ ਟਾਈਮ ਬਹੁਤ ਸਵਾ 10 ਹੋ ਗਿਆ ਐਕਚੁਅਲੀ। ਆਈ ਐਮ ਇਨ ਇੰਡੀਆ ਰਾਈਟ ਨਾਓ ਤੇ ਰਾਤ ਨੂੰ ਕੋਈ ਗੱਲ ਨਹੀਂ, ਮੈਂ ਤੁਹਾਨੂੰ ਕੱਲ ਨੂੰ ਕਾਲ ਕਰ ਲਾਂਗਾ ਜੀ। ਹਾਂਜੀ ਹਾਂ, ਮੈਂ ਐਕਚੁਅਲੀ ਟਰੈਵਲ ਕਰਨਾ, ਥੋੜੀ ਟ੍ਰੇਨ ਮੈਂ ਲੈਣੀ ਕੱਲ, ਲੇਕਿਨ ਆਫ ਕੋਰਸ ਯੂ ਕੈਨ ਕਾਲ ਐਨੀ ਟਾਈਮ ਤੇ ਆਪਣਾ ਕਰ ਲੋ ਜੋ ਵੀ ਤਿਆਰੀ ਕਰਨੀ ਹੈ ਤੇ ਫਿਰ ਕਰ ਲੋ। ਠੀਕ ਹੈ ਜੀ, ਠੀਕ ਹੈ ਜੀ, ਕੋਈ ਗੱਲ ਨੀ, ਮੈਂ ਤੁਹਾਨੂੰ ਸਵੇਰ ਨੂੰ ਕਾਲ ਕਰਾਂਗਾ। ਤੁਸੀਂ ਹੁਣ ਤੁਸੀਂ ਰੈਸਟ ਕਰੋ, ਤੁਸੀਂ ਹੁਣ ਠੀਕ ਹੈ, ਮੈਂ ਸਵੇਰ ਨੂੰ ਕਾਲ ਕਰਾਂਗਾ। ਓਕੇ ਓਕੇ, ਥੈਂਕ ਯੂ। ਹਾਂਜੀ ਓਕੇ ਜੀ, ਥੈਂਕ ਯੂ ਜੀ, ਥੈਂਕ ਯੂ, ਤੁਸੀਂ ਇੰਨਾ ਐਫਰਟ ਕੀਤਾ ਮੇਰੇ ਲਈ ਤੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਥੈਂਕਸ, ਟੇਕ ਕੇਅਰ।